ਪਾਕਿਸਤਾਨ ਦੇ ਬਲੂਚਿਸਤਾਨ ਵਿੱਚ ਸਮੁੰਦਰੀ ਕੰਢੇ ਮੌਜੂਦ ਗਵਾਦਰ ਜ਼ਿਲ੍ਹੇ ਦੇ ਮਛੁਆਰੇ ਅਬਦੁਲ ਹੱਕ ਅਤੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਦੂਜੇ ਲੋਕ ਕਾਫੀ ਖੁਸ਼ ਨੇ। ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ ਜਦੋਂ ਉਹਨਾਂ ਨੇ ਆਪਣੇ ਜਾਲ ਦੇ ਵਿੱਚ ਇੱਕ ਕ੍ਰੋਕਰ ਮੱਛੀ ਨੂੰ ਵੇਖਿਆ। ਹਾਲਾਂਕਿ ਭਾਰ ਅਤੇ ਲੰਬਾਈ ਦੇ ਲਿਹਾਜ਼ ਦੇ ਨਾਲ ਤਾਂ ਇਹ ਬਹੁਤ ਵੱਡੀ ਮੱਛੀ ਨਹੀਂ ਸੀ, ਪਰ ਇਹ ਕੀਮਤੀ ਸੀ, ਇਸ ਲਈ ਉਹਨਾਂ ਨੇ ਇਸ ਨੂੰ ਮਾਰਕੀਟ 'ਚ ਪਹੁੰਚਾਉਣ ਦੇ ਵਿੱਚ ਕੋਈ ਦੇਰੀ ਨਹੀਂ ਲਗਾਈ। ਅਬਦੁਲ ਹੱਕ ਦੇ ਚਚੇਰੇ ਭਰਾ ਰਾਸ਼ਿਦ ਕਰੀਮ ਬਲੋਚ ਨੇ ਦੱਸਿਆ ਕਿ 26 ਕਿਲੋ ਭਾਰ ਵਾਲੀ ਮੱਛੀ 7,80,000 ਰੁਪਏ ਦੇ ਵਿੱਚ ਵਿਕੀ ਹੈ। ਰਾਸ਼ਿਦ ਕਰੀਮ ਨੇ ਦੱਸਿਆ ਕਿ ਇਸ ਮੱਛੀ ਨੂੰ ਫੜਨ ਦੇ ਲਈ 2 ਮਹੀਨੇ ਮਿਹਨਤ ਕਰਨੀ ਪੈਂਦੀ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਬਾਅਦ ਇਹ ਤੁਹਾਡੇ ਹੱਥ ਲੱਗ ਜਾਵੇ ਤਾਂ ਖੁਸ਼ੀ ਤਾਂ ਬਣਦੀ ਹੀ ਹੈ। ਇਸ ਕੀਮਤੀ ਮੱਛੀ ਨੂੰ ਅੰਗਰੇਜ਼ੀ ਦੇ ਵਿੱਚ ਕ੍ਰੋਕਰ, ਉਰਦੂ ਦੇ ਵਿੱਚ ਸਵਾ ਅਤੇ ਬਲੂਚੀ ਦੇ ਵਿੱਚ ਕੁਰ ਕਿਹਾ ਜਾਂਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਇਹ ਮੱਛੀ ਜੀਵਾਨੀ ਦੇ ਸਮੁੰਦਰੀ ਇਲਾਕੇ ਤੋਂ ਫੜੀ ਗਈ ਸੀ। ਇਹ ਇਲਾਕਾ ਗਵਾਦਰ ਜ਼ਿਲ੍ਹੇ ਦੇ ਵਿੱਚ ਇਰਾਨੀ ਸਰਹੱਦ ਤੋਂ 17 ਕਿਲੋਮੀਟਰ ਦੀ ਦੂਰੀ ਤੇ ਹੈ। ਰਾਸ਼ਿਦ ਕਰੀਮ ਨੇ ਦੱਸਿਆ ਕਿ ਇਸ ਮੱਛੀ ਦੇ ਸ਼ਿਕਾਰ ਦੇ ਸਿਰਫ 2 ਮਹੀਨੇ ਹੁੰਦੇ ਨੇ, ਇਸ ਲਈ ਮਛੇਰਿਆਂ ਨੂੰ ਇਸ ਦੇ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਉਹਨਾਂ ਨੇ ਦੱਸਿਆ ਕਿ ਅਬਦੁਲ ਹੱਕ ਅਤੇ ਉਹਨਾਂ ਦੇ ਸਾਥੀ ਮਾਮੂਲੀ ਮੱਛੀਆਂ ਦੇ ਸ਼ਿਕਾਰ ਦੇ ਵਿੱਚ ਮਸ਼ਰੂਫ ਸਨ, ਪਰ ਉਹਨਾਂ ਨੇ ਜਦੋਂ ਜਾਲ ਸੁੱਟ ਕੇ ਉਸ ਨੂੰ ਵਾਪਸ ਖਿੱਚਿਆ ਤਾਂ ਉਸ ਵਿੱਚ ਉਹਨਾਂ ਨੂੰ ਕ੍ਰੋਕਰ ਫਸੀ ਵਿਖਾਈ ਦਿੱਤੀ। ਮੱਛੀ ਦੀ ਬੋਲੀ 30,000 ਰੁਪਏ ਪ੍ਰਤੀ ਕਿਲੋ ਦੀ ਦਰ ਦੇ ਨਾਲ ਲੱਗੀ। ਰਾਸ਼ਿਦ ਕਰੀਮ ਕਹਿੰਦੇ ਨੇ ਕਿ ਇਹ ਮੱਛੀਆਂ ਭਾਰੀ ਵੀ ਹੁੰਦੀਆਂ ਨੇ ਤੇ ਵੱਡੀਆਂ ਵੀ। ਉਹਨਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਇੱਕ ਸ਼ਖਸ ਨੇ ਇੱਕ ਜ਼ਿਆਦਾ ਭਾਰ ਵਾਲੀ ਕ੍ਰੋਕਰ ਮੱਛੀ ਫੜੀ ਜੋ ਕਿ 17 ਲੱਖ ਰੁਪਏ ਦੇ ਵਿੱਚ ਵਿਕੀ ਸੀ, ਪਰ ਅਬਦੁਲ ਹੱਕ ਅਤੇ ਉਹਨਾਂ ਦੇ ਸਾਥੀਆਂ ਨੇ ਜੋ ਮੱਛੀ ਫੜੀ ਉਸਦਾ ਭਾਰ ਸਿਰਫ 26 ਕਿਲੋ ਸੀ। ਜਦੋਂ ਮਾਰਕੀਟ ਦੇ ਵਿੱਚ ਇਸ ਮੱਛੀ ਦੀ ਬੋਲੀ ਲੱਗਣੀ ਸ਼ੁਰੂ ਹੋਈ ਤਾਂ ਇਸ ਦੀ ਆਖਰੀ ਬੋਲੀ 30,000 ਰੁਪਏ ਪ੍ਰਤੀ ਕਿਲੋ ਸੀ ਅਤੇ ਇਸ ਤਰ੍ਹਾਂ ਇਹ ਮੱਛੀ 7,80,000 ਰੁਪਏ ਦੇ ਵਿੱਚ ਵਿਕੀ। ਪਰ ਇਹ ਮੱਛੀ ਇੰਨੀ ਕੀਮਤੀ ਕਿਉਂ ਹੈ? ਗਵਾਦਰ ਡਿਵੈਲਪਮੈਂਟ ਅਥਾਰਟੀ ਦੇ ਅਸਿਸਟੈਂਟ ਡਾਇਰੈਕਟਰ ਅਤੇ ਸੀਨੀਅਰ ਜੀਵ ਵਿਗਿਆਨੀ ਅਬਦੁਲ ਰਹੀਮ ਬਲੋਚ ਨੇ ਦੱਸਿਆ ਕਿ ਕਈ ਮੱਛੀਆਂ ਆਪਣੇ ਮਾਸ ਦੇ ਕਰਕੇ ਜ਼ਿਆਦਾ ਕੀਮਤੀ ਹੁੰਦੀਆਂ ਨੇ, ਪਰ ਕ੍ਰੋਕਰ ਦੇ ਮਾਮਲੇ ਦੇ ਵਿੱਚ ਇਹ ਅਲੱਗ ਹੈ। ਉਹਨਾਂ ਦਾ ਕਹਿਣਾ ਸੀ ਕਿ ਇਹ ਕ੍ਰੋਕਰ ਮੱਛੀ ਦੀ ਕੀਮਤ ਇਸ ਦੇ ਏਅਰ ਬਲੈਡਰ ਦੀ ਵਜ੍ਹਾ ਦੇ ਨਾਲ ਹੈ ਜਿਸ ਦੇ ਵਿੱਚ ਹਵਾ ਭਰਨ ਦੇ ਕਰਕੇ ਉਹ ਤੈਰਦੀ ਹੈ। ਉਹਨਾਂ ਮੁਤਾਬਕ ਇਸ ਮੱਛੀ ਦਾ ਏਅਰ ਬਲੈਡਰ ਮੈਡੀਕਲ ਦੇ ਵਿੱਚ ਕੰਮ ਆਉਂਦਾ ਹੈ ਅਤੇ ਚੀਨ, ਜਾਪਾਨ ਤੇ ਯੂਰਪ ਦੇ ਵਿੱਚ ਇਸ ਦੀ ਕਾਫੀ ਮੰਗ ਹੈ। ਉਹਨਾਂ ਦੱਸਿਆ ਕਿ ਕ੍ਰੋਕਰ ਮੱਛੀ ਦੇ ਏਅਰ ਬਲੈਡਰ ਦੇ ਨਾਲ ਉਹ ਟਾਂਕੇ ਬਣਦੇ ਨੇ ਜੋ ਕਿ ਇਨਸਾਨ ਦੀ ਸਰਜਰੀ ਦੇ ਦੌਰਾਨ ਉਸਦੇ ਸਰੀਰ ਅੰਦਰ ਲਗਾਏ ਜਾਂਦੇ ਨੇ ਅਤੇ ਖਾਸ ਤੌਰ ਤੇ ਇਹ ਦਿਲ ਦੇ ਆਪਰੇਸ਼ਨ ਸਮੇਂ ਟਾਂਕੇ ਲਗਾਉਣ ਦੇ ਲਈ ਵਰਤਿਆ ਜਾਂਦਾ ਹੈ। ਪਰ ਇਹ ਮੱਛੀ ਫੜੀ ਕਿਵੇਂ ਜਾਂਦੀ ਹੈ? ਅਜਿਹਾ ਲੱਗਦਾ ਹੈ ਕਿ ਬਲੂਚੀ ਦੇ ਵਿੱਚ ਇਸ ਮੱਛੀ ਦਾ ਨਾਮ ਇਸ ਦੀ ਆਵਾਜ਼ ਦੀ ਵਜ੍ਹਾ ਦੇ ਨਾਲ ਹੀ ਕੁਰ ਰੱਖਿਆ ਗਿਆ। ਅਬਦੁਲ ਰਹੀਮ ਬਲੋਚ ਨੇ ਦੱਸਿਆ ਕਿ ਇਹ ਮੱਛੀ ਕੁਰਕੁਰ ਦੀ ਆਵਾਜ਼ ਕੱਢਦੀ ਹੈ। ਉਹਨਾਂ ਦੇ ਮੁਤਾਬਕ ਜਿਹੜੇ ਤਜਰਬੇਕਾਰ ਮਛੇਰੇ ਹੁੰਦੇ ਨੇ ਉਹ ਮੱਛੀ ਦੀ ਆਵਾਜ਼ ਸੁਣ ਕੇ ਜਾਲ ਸੁੱਟ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਘੰਟੇ ਡੇਢ ਘੰਟੇ ਬਾਅਦ ਉਸਦੀ ਆਵਾਜ਼ ਬੰਦ ਹੋ ਜਾਂਦੀ ਹੈ ਤਾਂ ਜਾਲ ਖਿੱਚ ਲਿਆ ਜਾਂਦਾ ਹੈ।